ਪੁੱਤ ਆਏ ਕਰ, 50,000 ਰੁਪਏ ਮੇਰੇ ਅਕਾਊਂਟ 'ਚ ਪਵਾ ਦੇ। ਨਾ ਪੁੱਤ, ਇੱਕ ਮੈਂ ਨਾ ਚੇਨੀ ਦੇਖੀ ਹੋਈ ਸੀ, ਬਾਹਲੀ ਵਧੀਆ ਏ। ਇੱਥੇ ਮੇਰਾ ਖਸਮ ਵਰਿਆ ਤੁਹਾਨੂੰ ਚੇਨਾ ਦੀ ਪਈ ਹੈ। ਉਹ ਚੇਨੀਆਂ ਕਰਕੇ ਤਾਂ ਮਾਰੀ। ਹੌਲੀ ਬੋਲੋ, ਕਰਵਾ ਦਿੰਦੀ ਹਾਂ। ਹਜੇ ਉਹਨਾਂ ਦਾ ਅਕਾਊਂਟ ਮੇਰੇ ਨਾਮ 'ਤੇ ਟ੍ਰਾਂਸਫਰ ਨਹੀਂ ਹੋਇਆ। ਇੱਕ ਤਾਂ ਨਾ ਜੈਖਾਣੇ ਬੈਂਕਾਂ ਵਾਲੇ ਕੁੱਤੇ ਦੇ ਵੱਡੇ ਹੋਏ ਨੇ, ਕੋਈ ਕੰਮ ਟਾਈਮ 'ਤੇ ਨਹੀਂ ਕਰਦੇ।